हाँ जी भी जी, सारे भी सत श्रीकाल जी। संदीप डेयरी फार्म तुहाडा बहुत बहुत वेलकम है जी। आदि भी जी हुण विजिट हैगी आ शहर बटाला जी, जिला गुरदासपुर पैंदा। अज फिर आप एक करी मल्ली फार्म आए हैं जी, ठीक है। बड़िया वधिया वधिया बाईआं नूं पशु हुंदे आ ते चंगे रिकॉर्ड वाले। हुण बाईआं ने गलबात करांगे जी की प्राइज़ ते की मिलक रिकॉर्ड इन्हां दा। उस तों बाद रिक्वेस्ट करां तुहानूं कि जिहड़े वीर पहले दी वीडियो वेखदे आ उन्हां नूं रिक्वेस्ट है कि अपने चैनल नूं सबसक्राइब करन जी, ते घंटी दे बटन जरूर दबान तां कि तुहानूं नवीं वीडियो आ सके। भी जी एक होर रिक्वेस्ट आ, आओ इत्थे दो टाइम दी चुआई करो, पास करो आपदी पूरी तसली ने, पशु खरीदो। हुण बाई जी ने गलबात करदे जी। हाँ जी बाई जी, सत श्री अकाल जी। सत श्री अकाल साहब जी। होर बाई जी ठीक ठाक जी? वधिया जी। ते फिर बड़ा टाइम लादा जी फिर। हाँ जी साहब जी, फिर वीडियो दे नंबर चढ़े ही। हाँ जी हाँ जी, मईयां आउंदे ने पशु वेख जांदे ही। ठीक है जी। हाँ जी हाँ जी। बाकी वीर जी वैसे भी थोड़ा झुंडे पर थोड़ा फर्क पै गया। फिर रहना बड़ी फसल फिर अक्सर तैयार हो गई है, उहदा फिर पहलो है कि नहीं जी, इहदा काम चली जाना जी। चलो बाई जी फिर अपना एड्रैस बोलो जी। शहर बटाला। हाँ जी। जिला गुरदासपुर। ठीक है जी। ते मोबाइल नंबर 98785। हाँ जी। 43515। ਤੇ ਨਾਮ ਜੀ ਆਪਣਾ? ਨਾਮ ਗੋਰਾ ਮੱਲੀ। ਗੋਰਾ ਮੱਲੀ ਅਲੀਆ ਰੋਡ ਤੇ ਪੈਂਦਾ ਜੀ। ਅੱਛਾ, ਅਲੀਆ ਰੋਡ ਤੇ। ਹਾਂਜੀ ਠੀਕ ਹੈ ਜੀ। ਤੇ ਚਲੋ ਫਿਰ ਇਹਦੇ ਬਾਰੇ ਦੱਸੋ ਜੀ ਪਹਿਲਾਂ। ਇਹ ਦੋ ਦੰਦ ਆ ਜੀ, ਪਹਿਲਾ ਸੂਆ। ਅੱਛਾ, ਦੋ ਦੰਦ ਪਹਿਲਾ ਸੂਆ। ਹਾਂਜੀ। ਤੇ ਬਾਜੀ ਇਸ ਟਾਈਮ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਅੱਜ ਚੌਥਾ ਦਿਨ ਹੈ। ਚੌਥਾ ਦਿਨ ਹੋਇਆ ਸੀ। ਕੱਟੀ ਮਗਰਾ ਦੋ ਰੋ ਜੀ। ਤੇ ਦੋ ਦੰਦ ਹੈ ਜੀ? ਦੋ ਦੰਦ। ਤੇ ਬਾਜੀ ਬੋਲਾ ਕਿੰਨਾ ਤਿਆਰ ਹੈ ਜੀ? ਇਹਦੇ ਥੱਲੇ 9 ਕਿਲੋ ਬੋਲਾ। 9 ਕਿਲੋ ਬੋਲਾ ਤਿਆਰ ਆ। ਆ ਦੇਖੋ ਜੀ, ਬਹੁਤ ਸੋਹਣੀ ਝੋਟੀ ਜੀ, ਬਿਲਕੁਲ ਜੈੱਡ ਬਲੈਕ ਹੈ ਜੀ, ਚੰਗੇ ਰਿਕਾਰਡ ਵਾਲੀ ਹੈ। ਬਾਕੀ ਲੇਵਾ ਦੇਖੋ। ਅਤੇ ਬਾਈ ਫਿਰ ਚੁਆਈ ਤੁਸੀਂ ਫਿਰ ਕਿੰਨੇ ਵਜੇ ਕੀਤੀ ਸੁਬਹਾ ਜੀ? ਸੁਬਹਾ 5 ਵਜੇ। 5 ਵਜੇ ਚੁਆਈ ਕੀਤੀ? ਇੱਕ ਸ਼ਾਮ ਨੂੰ 5 ਵਜੇ ਕਰ। ਇੱਕ ਵਜੇ ਚੁਆਈ, ਮਤਲਬ ਕਿ ਸੋਰੀ, ਇੱਕ ਵਜ ਚੁੱਕਿਆ ਜੀ, ਅਤੇ 5 ਵਜੇ ਚੁਆਈ ਕਰ ਰਹੇ ਸ਼ਾਮ ਨੂੰ, ਹੈ ਜੀ। 5 ਤੋਂ 5 ਆ। 5 ਤੋਂ 5 ਆ। ਦੇਖੋ ਜੀ, ਆ ਦੇਖੋ, ਆ ਦੇਖੋ ਲੇਵਾ ਦੇਖੋ ਜੀ। ਠੀਕ ਹੈ ਜੀ। ਤੇ ਬੱਚਾ ਮਰ ਕੀ ਆ ਗਿਆ ਬਾਈ ਜੀ? ਕੱਟੀ ਆ ਮਗਰ ਜੀ। ਕੱਟੀ ਆ ਗਈ ਤੇ ਚਵਾਈ ਜੀ, ਬਿਲਕੁਲ ਵਧੀਆ ਜੀ, ਬਹੁਤ ਵਧੀਆ ਜੀ। ਤੇ ਫਿਰ ਇਹਦੀ ਕੀਮਤ ਸਹੀ ਜੀ? ਇਹਦੀ ਕੀਮਤ 95000। 95000 ਰੁਪਈਆ। ਬਾਕੀ ਮੌਕੇ ਥੋੜਾ ਬੜਾ ਮਾਨ ਤਰ। ਇਹਦੇ ਬਾਰੇ ਦੱਸੋ ਜੀ। ਇਹ ਦੂਜਾ ਸੁਆ ਜੀ। ਇਹ ਦੁੱਧ ਕਿੰਨਾ ਤਿਆਰ ਹੈ ਥੱਲੇ? ਇਹਦਾ ਥੱਲੇ 12 ਕਿਲੋ ਤਿਆਰ ਜੀ। 12 ਕਿਲੋ ਦੁੱਧ ਤਿਆਰ ਹੈ ਜੀ। ਤੇ ਇਹਦੇ ਤੁਰ ਇਹ ਤੁਰ ਹੈ ਜੀ ਲੰਮੇ। ਤੇ ਬਾਈ ਜੀ ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਇਹਨੂੰ ਅੱਜ 8ਵਾਂ ਦਿਨ ਹੈ ਸੂਈ ਨੂੰ। 8ਵਾਂ ਦਿਨ ਹੈ ਜੀ ਤੇ 12 ਕਿਲੋ ਤਿਆਰ ਆ। ਆ ਦੇਖੋ ਤੇ ਬੱਚਾ ਮਰ ਕੀ ਆ ਗਿਆ ਜੀ? ਮਗਰ ਇਹਦੇ ਕੱਟਾ ਆ ਗਿਆ। ਕੱਟਾ ਆ ਗਿਆ ਜੀ। ਆ ਦੇਖੋ ਹਜੇ 1 ਵਜਾ ਟਾਈਮ। ਹਾਂ ਜੀ ਹਾਂ ਬਿਲਕੁਲ ਜੀ। ਆ ਦੇਖੋ ਬਸ ਲੈ ਜਾਓ ਭਾਈ, ਲਿਆ ਲਿਆ ਲੈ ਜਾ। ਕੱਟਾ ਨਹੀਂ ਜੀ ਯਾਰ, ਕੱਟਾ ਨਹੀਂ ਜੀ, ਜੇ ਕੱਟੇ ਹੋਏ ਤਾਂ ਫਾਇਦਾ ਹੋ ਜਾਣਾ ਸੀ। ਹਾਂ ਤੇ ਭਾਈ ਫਿਰ ਸਾਰਾ ਮਾਲ ਫਿਰ ਉੱਧਰ ਲਈਏ ਜੀ? ਹਾਂ ਜੀ ਉੱਧਰ ਹਰਿਆਣੇ ਲਈਏ ਜੀ। ਆ ਦੇਖੋ ਜੀ ਤੇ ਚੁਆਈ ਜੀ, ਬਿਲਕੁਲ ਜੀ ਓਕੇ ਜੀ ਓਕੇ। ਇੱਕ ਨੰਬਰ ਐਂ, ਇੱਕ ਨੰਬਰ ਚੁਆਈ। ਤੇ ਕੀ ਮੇਰੇ ਫਿਰ ਇਹਦੀ? ਇਹਦੀ ਕੀਮਤ 85000। 85000 ਰੁਪਏ ਇਹਦਾ ਮਾਨ ਤਾਂ ਕਰੋ। ਹਾਂਜੀ ਮਾਨ। ਇਹਦੇ ਬਾਰੇ ਦੱਸੋ ਜੀ। ਇਹ ਦੂਜਾ ਸੁਆ ਜੀ। ਅੱਛਾ, ਦੁੱਧ ਤਿਆਰ ਕਿੰਨਾ ਜੀ? ਦੁੱਧ ਇਹਦੇ ਥੱਲੇ ਤਿਆਰ, 13 ਲੀਟਰ ਤਿਆਰ। 13 ਕਿਲੋ ਤਿਆਰ ਹੈ ਜੀ ਦੁੱਧ। 13 ਤੋਂ ਵੱਧ ਹੋਏਗਾ। ਤੇ ਬੱਚਾ ਕੱਟੀ ਆ ਗਿਆ। ਠੀਕ ਹੈ। ਆ ਦੇਖੋ ਜੀ, ਇਹ ਵੀ ਬਹੁਤ ਸੋਹਣੀ ਝੋਟੀ ਹੈ ਜੀ, ਇਹਦਾ ਲਿਆਓ ਜੀ। ਆ ਜੀ ਆ ਜੀ। ਬਸ ਲੈ ਜਾਓ ਜੀ। ਅਤੇ ਬਾਜੀ ਫਿਰ ਇਹਦੀ ਕੀਮਤ? 95000 ਰੁਪਈਆ। ਠੀਕ ਹੈ ਜੀ। ਅਤੇ ਐਂ ਚੁਆਈ ਜੋ ਠੀਕ ਹੈ ਬਿਲਕੁਲ, ਹੈ ਜੀ। ਇਹਦੇ ਬਾਰੇ ਦੱਸੋ ਜੀ। ਪਹਿਲਣਾ ਜੀ, ਚਾਰ ਦੰਦ ਹੈ ਜੀ। ਰਾਤ ਦੀ ਸੂਈ ਹੈ ਜੀ। ਠੀਕ ਹੈ ਜੀ। ਅਤੇ ਕਿੰਨਾ ਕੁ ਬੋਲਾ ਬਾਜੀ ਫਿਰ? ਬੋਲਾ ਅੱਜ ਰਾਤ ਹੀ ਚੋਇਆ, ਥੋੜ੍ਹਾ ਬਹੁਤ ਕੱਢਿਆ ਹੋਣਾ। ਕੱਢਿਆ ਥੋੜ੍ਹਾ ਬਹੁਤ। ਇਹ ਵੀ ਤੋਰੋ ਜੀ, ਬਹੁਤ ਸੋਹਣੀ ਝੋਟੀ ਹੈ ਬਾਜੀ, ਸਿੰਗਰੀ ਕੁਆਲਿਟੀ ਦੇਖੋ ਜੀ। ਅਤੇ ਆਹ ਦੇਖੋ ਇਹਨੂੰ ਲੈ ਜਾਓ। ਆਹ ਦੇਖੋ ਜੀ, ਅਤੇ ਲਿਆ ਕੇ ਲੇਵਾ ਦੇਖੋ। ਆਹ ਦੇਖੋ ਮਗਰ ਵੀ ਕੱਟੀ ਹੈ ਜੀ। ਠੀਕ ਹੈ ਜੀ। ਬਾਕੀ ਚਾਰ ਦੰਦ ਆ ਜੀ ਪਹਿਲਾ ਸੁਆ। ਅੱਛਾ ਠੀਕ ਹੈ ਜੀ। ਤੇ ਐਂ ਚੁਆਈ ਜੀ ਬਿਲਕੁਲ ਬਿਲਕੁਲ ਓਕੇ।
ਠੀਕ ਤੇ ਕੀਮਤ ਭਾਜੀ ਫਿਰ ਇਹਦੀ 1 ਲੱਖ 10 ਹਜ਼ਾਰ ਰੁਪਈਆ ਇਹਦਾ ਵੀ ਬਾਕੀ ਮਾਨ ਬਸ ਆਹੀ ਪਸ਼ੂ ਜੀ ਚਲੋ ਵੀਰ ਜੀ ਆਹ ਪਸ਼ੂ ਵੀਰ ਉਹਨਾਂ ਕੋਲ ਜੀ ਤੇ ਫਿਰ ਵੀਰ ਜੀ ਆਓ ਇੱਥੇ 2 ਟਾਈਮ ਜ਼ਰੂਰ ਚੁਆਈ ਕਰੋ ਤੇ ਪਾਸ ਕਰੋ ਸਹੀ ਹੈ ਕਿ ਨਹੀਂ ਬਾਈ ਜੀ ਹਾਂਜੀ ਹਾਂਜੀ ਵਧੀਆ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਨਾ ਜੀ ਬਾਅਦ ਫਿਰ ਦੇਖ ਕੇ ਉਹਨੇ ਉਹਦਾ ਕੀ ਫਾਇਦਾ ਜੀ ਹਾਂਜੀ ਹਾਂਜੀ ਨਾ ਨਾ ਅਜੇ ਤੱਕ ਲਾਮਾ ਵੀ ਨਹੀਂ ਆਇਆ ਸਾਹਿਬ ਜੀ ਮੈਨੂੰ ਠੀਕ ਹੈ ਜੀ ਜਾਂ ਦੁੱਧ ਘੜੇ ਆਵਾ ਨਹੀਂ ਸਹੀ ਸਹੀ ਗੱਲ ਹੈ ਬਾਈ ਜੀ ਸਹੀ ਗੱਲ ਆਈਆਂ ਪਸ਼ੂ ਵੇਚਦੇ ਹਾਂਜੀ ਠੀਕ ਹੈ ਪੂਰਾ ਫਾਇਦਾ ਹੁੰਦਾ ਜੀ ਬਹੁਤ ਜੀ ਬਹੁਤ ਮੋਗੇ ਤੱਕ ਰਮਦੇ ਨੇ ਬੰਦੇ ਮੇਰੇ ਠੀਕ ਹੈ ਜੀ ਵਧੀਆ ਮਾਲ ਵਿਕੀ ਜਾਂਦਾ ਜੀ ਬਹੁਤ ਵਧੀਆ ਮਾਲ ਵੀ ਚੰਗਾ ਹੁੰਦਾ ਤੁਹਾਡੇ ਨੂੰ ਹਾਂਜੀ ਹਾਂਜੀ ਚਲੋ ਹੋਰ ਕੋਈ ਗੱਲ ਦੱਸਣੀ ਉਹੀ ਨਿਕਲਦੀ ਹੋਰ ਕੋਈ ਬਾਈ ਜੀ ਵਧੀਆ ਜੀ ਬਸ ਜੀ ਬਸ ਠੀਕ ਚਲੋ ਨੰਬਰ ਫਿਰ ਬੋਲ ਦੋ ਜੀ 98785 ਹਾਂਜੀ 43515 ਇਹੀ ਨੰਬਰ ਤੇ WhatsApp ਚੱਲਦਾ ਜੀ ਇਸੇ ਤੇ WhatsApp ਚਲੋ ਜਿਸ ਤਰ੍ਹਾਂ ਵੀ ਗੱਲਬਾਤ ਤੁਸੀਂ ਕਰ ਲਓ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ